ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਦੇਖਦਿਆਂ ਹੁਣ ਲੋਕਾਂ ਵੱਲੋਂ ਵਾਤਾਵਰਨ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਗਿਆ। ਇਸੇ ਨੂੰ ਲੈ ਕੇ ਵੱਖ ਵੱਖ ਥਾਵਾਂ 'ਤੇ ਦਰਖਤ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ ਬਠਿੰਡਾ ਦੇ ਦਾਦੀ ਪੋਤੇ ਦੇ ਪਾਰਕ ਵਿੱਚ SSP ਬਠਿੰਡਾ ਵੱਲੋਂ ਪੌਦੇ ਲਾਏ ਗਏ। ਇਹਨਾਂ ਨੇ ਮਾਟੋ ਦਿੱਤਾ, ਨਸ਼ੇ ਛਡਾਓ, ਰੁੱਖ ਲਗਾਓ, ਜ਼ਿੰਦਗੀਆਂ ਬਚਾਓ। ਇਸ ਮੌਕੇ 'ਤੇ SSP ਨੇ ਗੱਲਬਾਤ ਕਰਦੇ ਮੁਹੱਲਾ ਵਾਸੀਆਂ ਦੀ ਤਾਰੀਫ ਕੀਤੀ ਹੈ। ਇਸ ਮੌਕੇ 'ਤੇ ਸੰਸਥਾ ਦੇ ਆਗੂਆਂ ਦਾ ਕਹਿਣਾ ਹੈ ਕਿ ਸਾਡੇ ਮੁਹੱਲੇ ਦੀ ਸੰਸਥਾ ਵੱਲੋਂ ਸਰਕਾਰਾਂ, ਪੁੱਡਾ ਅਤੇ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਹਰ ਸਾਲ ਪੌਦੇ ਲਾਏ ਜਾਂਦੇ ਹਨ। ਇਸ ਵਾਰ ਵੀ ਸਾਡੇ ਵੱਲੋਂ 21 ਪਾਰਕਾਂ ਦੇ ਵਿੱਚ 10,000 ਪੌਦੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਹਨਾਂ ਦਾ ਪਾਲਣ ਪੋਸ਼ਣ ਦੀ ਵੀ ਜ਼ਿੰਮੇਵਾਰੀ ਸਾਡੀ ਹੋਵੇਗੀ। ਮੈਂ ਬਠਿੰਡਾ ਦੇ ਸ਼ਹਿਰ ਵਾਸੀਆਂ ਨੂੰ, ਸ਼ਰਮਾ ਜੀ ਦੀ ਟੀਮ ਨੂੰ, ਆਪਣੇ ਸ਼ਹਿਰ ਦੇ ਜਿਹੜੇ ਵੀ ਆਪਣੇ ਸੱਜਣ ਇੱਥੇ ਆਏ ਨੇ, ਉਹਨਾਂ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਕਿ ਇੰਨਾ ਵਧੀਆ ਉਪਰਾਲਾ ਇਹਨਾਂ ਨੇ ਕੀਤਾ ਹੈ। ਅਤੇ ਰੁੱਖ ਜਿਹੜੇ ਹੈਗੇ ਆਪਣਾ ਭਵਿੱਖ ਹੈਗੇ ਹੈ, ਜਿਸ ਤਰੀਕੇ ਨਾਲ ਆਪਾਂ ਆਪਣੇ ਬੱਚਿਆਂ ਦੀ ਜਿਹੜੀ ਹੈਗੀ ਪਰਵਰਿਸ਼ ਕਰਦੇ ਹਾਂ, ਉਹਨਾਂ ਨੂੰ ਪਾਲਦੇ ਪੋਸਦੇ, ਉਹਨਾਂ ਦਾ ਧਿਆਨ ਰੱਖਦੇ ਹਾਂ, ਇਸੇ ਤਰੀਕੇ ਨਾਲ ਆਪਾਂ ਨੂੰ ਜੇ ਆਪਾਂ ਆਪਣਾ ਸੁਨਹਿਰਾ ਭਵਿੱਖ ਚਾਹੁੰਦੇ ਹਾਂ ਤਾਂ ਆਪਾਂ ਨੂੰ ਰੁੱਖਾਂ ਨੂੰ ਵੀ ਇਸੇ ਤਰੀਕੇ ਨਾਲ ਪਾਲਣਾ ਪੋਸਣਾ ਪੈਣਾ ਹੈ, ਉਹਨਾਂ ਦਾ ਧਿਆਨ ਰੱਖਣਾ ਤਾਂ ਕਿ ਆਪਣਾ ਜਿਹੜਾ ਭਵਿੱਖ ਹੈਗਾ ਉਹ ਉਜਵਲ ਹੋਵੇ, ਸੁਨਹਿਰਾ ਹੋਵੇ। ਅਤੇ ਮੈਂ ਉਮੀਦ ਕਰਦਾ ਕਿ ਤੁਸੀਂ ਜਿਹੜਾ ਇਹ ਮੈਸੇਜ ਅੱਜ ਬਠਿੰਡਾ ਦੇ ਸਿਟੀਜ਼ਨਸ ਨੇ ਦਿੱਤਾ, ਇਹਨੂੰ ਆਪਾਂ ਜਿਹੜਾ ਹੈਗਾ ਸਾਲ ਦਰ ਸਾਲ ਇਹਨੂੰ ਹੋਰ ਮਜ਼ਬੂਤੀ ਨਾਲ ਇਸ ਕੰਮ ਨੂੰ ਕਰਾਂਗੇ। ਅਤੇ ਬਹੁਤ ਬਹੁਤ ਇਹਨਾਂ ਨੂੰ ਵਧਾਈਆਂ ਜੀ। ਥੈਂਕ ਯੂ। ਦੇਖੋ ਕੀ ਹੁੰਦਾ ਹੈ ਕਿ ਇੱਕ ਨਾ ਨੈਚੁਰਲ ਸਰਵਾਈਵਲ ਰੇਟ ਹੁੰਦੀ ਹੈ ਨੇਚਰ ਦੇ ਵਿੱਚ, ਹਰ ਚੀਜ਼ ਦੀ ਹੁੰਦੀ ਹੈ, ਇਨਸਾਨ ਦੀ ਵੀ ਹੁੰਦੀ ਹੈ, ਜਿੱਦਾਂ ਆਪਣੀ ਇਨਫੈਂਟ ਮੋਰਟੈਲਿਟੀ ਰੇਟ ਹੁੰਦੀ ਹੈ, ਜਾਨਵਰਾਂ ਦੇ ਵਿੱਚ ਵੀ ਹੁੰਦੀ ਹੈ, ਹੈ ਨਾ। ਕਿਸੇ ਦੇ ਔਫਸਪ੍ਰਿੰਗ 50 ਹੁੰਦੇ ਆ, ਕਿਸੇ ਦੇ 15 ਹੁੰਦੇ, ਉਹਦੇ ਵਿੱਚ ਸਰਵਾਈਵਲ ਰੇਟ ਘੱਟ ਹੁੰਦੀ ਹੈ। ਹਰ ਇੱਕ ਚੀਜ਼ ਦੀ ਸਰਵਾਈਵਲ ਰੇਟ 100% ਨਹੀਂ ਹੋ ਸਕਦੀ, ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਆਪਾਂ ਆਪਣਾ ਬੈਸਟ ਦੇਈਏ। ਆਮ ਡਾਕਟਰ ਸੰਜੀਵ ਸ਼ਰਮਾ, ਪ੍ਰੈਜੀਡੈਂਟ ਆਫ ਸਿਟੀਜ਼ਨ ਅਵੇਅਰਨੈਸ ਐਂਡ ਵੈਲਫੇਅਰ ਐਸੋਸੀਏਸ਼ਨ। ਨਸ਼ੇ ਛਡਾਓ, ਰੁੱਖ ਲਗਾਓ, ਜ਼ਿੰਦਗੀਆਂ ਬਚਾਓ, ਇਹ ਸਾਨੂੰ ਜੋ ਮੋਟੋ ਹੈ ਇਹ SSP ਸਾਹਿਬ ਨੇ ਅੱਜ ਦਿੱਤਾ ਹੈ। ਔਰ ਇਸ ਮੋਟੀਵੇਸ਼ਨਲ ਮੋਟੋ ਦੇ ਅੰਡਰ ਅਸੀਂ ਅੱਜ 14 ਜੁਲਾਈ ਨੂੰ ਸਿਟੀਜ਼ਨ ਅਵੇਅਰਨੈਸ ਐਂਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਇੱਕ ਮੈਗਾ ਟ੍ਰੀ ਪਲਾਂਟੇਸ਼ਨ ਡਰਾਈਵ ਸਟਾਰਟ ਕੀਤੀ ਹੈਗੀ ਹੈ। ਇਹ ਡਰਾਈਵ ਇਹ ਸਾਡੀ ਕੋਲੈਬੋਰੇਸ਼ਨ ਦੇ ਨਾਲ ਹੈ, ਜਿਹਦੇ ਵਿੱਚ ਮਿਊਂਸਪਲ ਕਾਰਪੋਰੇਸ਼ਨ ਪਾਰਟੀਸਪੈਂਟ ਨੇ, ਸਾਡੇ ਸੰਭਵ ਔਰਗਨਾਈਜੇਸ਼ਨ ਨੇ, ਔਰ PWD ਡਿਪਾਰਟਮੈਂਟ ਸਾਡੇ ਪਾਰਟੀਸਪੇਟ ਕਰ ਰਹੇ ਹੈਗੇ, ਇੰਪਰੂਵਮੈਂਟ ਟਰੱਸਟ ਨਾਲ ਹੈ, ਸਾਡੇ ਗਵਰਨਮੈਂਟ ਆਫ ਇੰਡੀਆ ਹੈ, ਪੁਲਿਸ ਗਵਰਨਮੈਂਟ ਆਫ ਪੰਜਾਬ ਹੈ ਸਾਡੇ ਨਾਲ, ਔਰ ਸਾਡੇ ਨਾਲ ਪੰਜਾਬ ਪੁਲਿਸ ਵੀ ਪਾਰਟੀਸਪੇਟ ਕਰ ਰਹੀ ਹੈ ਜੀ। ਇਸ ਬਿਲਕੁਲ ਜੀ, ਸਾਡਾ ਸਪੈਸ਼ਲ ਚੀਜ਼ 'ਤੇ ਧਿਆਨ ਰਹੇਗਾ ਜੀ। ਅਸੀਂ ਇੱਕ ਅਲੱਗ ਟੀਮ ਬਣਾਈ ਹੋਈ ਹੈਗੀ ਹੈ, ਅਸੀਂ ਨੋ ਕਿ ਜੋ ਪੋਸਟ ਪਲਾਂਟੇਸ਼ਨ ਕੇਅਰ ਹੈ ਦੈਟ ਇਜ਼ ਮੋਰ ਇੰਪੋਰਟੈਂਟ। ਪਲਾਂਟੇਸ਼ਨ ਤਾਂ ਸਾਰੇ ਕਰਦੇ ਹੈ, ਇੱਕ ਵੇਵ ਦੇ ਵਿੱਚ ਪਲਾਂਟੇਸ਼ਨ ਹੋ ਜਾਂਦੀ ਹੈ, ਬਟ ਅਸੀਂ ਉਹਦੀ ਪੋਸਟ ਪਲਾਂਟੇਸ਼ਨ ਕੇਅਰ ਦੇ ਉੱਤੇ ਮੇਨ ਫੋਕਸ ਕਰਾਂਗੇ। ਇੱਕ ਟੀਮ ਲਗਾਵਾਂਗੇ ਜਿਹੜੇ 3 ਮਹੀਨੇ ਲਈ ਉਹਨਾਂ ਪਲਾਂਟਸ ਦੀ ਪ੍ਰੋਪਰ ਕੇਅਰ ਕਰੇਗੀ। ਆਫਟਰ ਦੈਟ ਜੋ ਸਾਡੀ ਇੱਥੋਂ ਦੀ ਆਲਰੇਡੀ ਮਿਊਂਸਪਲ ਕਾਰਪੋਰੇਸ਼ਨ ਟੀਮ ਹੈ ਉਹ ਕੇਅਰ ਕਰੇਗੀ ਜੀ। 10,000 ਸਾਡੇ ਪਲਾਂਟ ਲਗਾਉਣੇ ਆ ਜੀ, ਇਹਦੇ ਵਿੱਚ ਜਿਹਦੇ ਵਿੱਚ 21 ਕਰੀਬ ਸਾਡੇ ਕੋਲ ਪਾਰਕ ਹੈਗੇ ਹੈ, ਜਿਹਦੇ ਵਿੱਚ ਦਾਦੀ ਪੋਤੀ ਪਾਰਕ ਇੱਕ ਮੇਨ ਪਾਰਕ ਹੈ, ਔਰ 6 ਸਾਡੇ ਕੋਲ ਪਬਲਿਕ ਬਿਲਡਿੰਗਸ ਹੈਗੀਆਂ, ਪ੍ਰਪੋਜ਼ਡ ਬਿਲਡਿੰਗਸ ਹੈ। ਉਹਨਾਂ ਵਿੱਚ ਅਸੀਂ LO ਸਾਹਿਬ ਦੇ ਨਾਲ ਮਿਲ ਕੇ ਜਿਹੜਾ ਕੰਕਰੀਟ ਏਰੀਆ ਹੈ ਉਹਨੂੰ ਛੱਡ ਕੇ ਬਾਕੀ ਏਰੀਏ ਦੇ ਵਿੱਚ ਜਿੱਥੇ ਪਲਾਂਟੇਸ਼ਨ ਹੋ ਸਕਦੇ ਉੱਥੇ ਅਸੀਂ ਪਲਾਂਟੇਸ਼ਨ ਕਰਾਵਾਂਗੇ। ਤਿੰਨੇ ਤਰ੍ਹਾਂ ਦੇ ਹੈਗੇ ਜੀ, ਉਹਦੇ ਵਿੱਚ ਫਰੂਟ ਟਰੀਜ਼ ਵੀ ਹੈ, ਫਲਾਵਰ ਟਰੀਜ਼ ਵੀ ਹੈ, ਔਰ ਸ਼ੈਡੋ ਟਰੀਜ਼ ਵੀ ਹੈ। ਇਹ ਪਾਰਕ ਦੇਖੋ ਜੀ, ਇੱਕ ਸਿਟੀ ਦਾ ਇੱਕ ਬਹੁਤ ਹੀ ਅੱਛਾ ਇੱਕ ਟੂਰਿਸਟ ਪਲੇਸ ਬਣ ਚੁੱਕਿਆ, ਜਿਹਦੇ ਵਿੱਚ ਲੋਕ ਰੋਜ਼ ਗਾਰਡਨ ਦੀ ਤਰ੍ਹਾਂ ਇਸ ਨੂੰ ਵੀ ਲਾਈਕ ਕਰਦੇ ਹੈਗੇ ਹੈ। ਤੁਸੀਂ ਇੱਥੇ ਸੈਟਰਡੇ ਸੰਡੇ ਆ ਕੇ ਦੇਖੋਗੇ
ਤਾਂ ਇੱਥੇ ਮਤਲਬ ਬਾਹਰਲੀ ਸਾਈਡ ਦੇ ਉੱਤੇ ਪੂਰੀ ਤਰ੍ਹਾਂ ਹੀ ਮਤਲਬ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੁੰਦੀ ਹੈ ਟੂਰਿਸਟ ਲਈ। ਔਰ ਅਸੀਂ ਚਾਹੁੰਦੇ ਹੈਗੇ ਹਾਂ ਕਿ ਦੇਖੋ ਇਸ ਏਰੀਏ ਦਾ ਨਾਮ ਹੈਗਾ ਮਾਡਲ ਟਾਊਨ, ਔਰ ਅਸੀਂ ਚਾਹੁੰਦੇ ਕਿ ਇਹਨੂੰ ਮਾਡਲ ਆਫ ਦਾ ਸਿਟੀ ਡਿਵੈਲਪ ਕਰੀਏ ਵਿਦ ਦਾ ਸਪੋਰਟ ਆਫ ਆਲ ਆਫ ਯੂ।